जनाब ऐश शख्स 60 किले हाँ जी शिकायत है जी तुहानू एक 60 किले साड़ी सीगी 40 किले सानू मिली है भी तुहाडे कोल है कहंदे ने कि भी सानू चाहिए है बाकी कहानी की है वो तुसी कित्थे सीगी वैसे वो जमीन जिहड़ी तुसी दस रहे हो वैसे वो जिहड़ा पिंड नूरपुर है जिहड़ा गुजरांवाला बुजुर्ग कहंदे ने भी उत्थे जिथे अपने रहिंदे हुंदे हन हाँ जी 60 सीगी 60 किले आंदे हन सानू 40 मिली है हां ते 20 होर चाहिए है ना ਵੈਸੇ ਜੇ ਸਾਡੇ ਨਾਲ ਬੋਲਦੀ ਹੋਵੇ ਜੇ ਹੋਵੇ ਤੇ ਦਿਓ ਸਾਨੂੰ ਜੇ ਸਾਡਾ ਹੱਕ ਹੈ ਸਾਡੇ ਨਾਮ ਮੰਨ ਕੇ ਚਲੋ ਜੇ ਬੋਲਦੀ ਵੀ ਜਾਂ ਵੈਸੇ ਰਹਿ ਵੀ ਗਈ ਹੈ ਕਿਸੇ ਧੋਖੇ ਦੜੇ ਨਾਲ ਰਹਿ ਗਈ ਜਿਵੇਂ ਮਰਜ਼ੀ ਲਾ ਲਓ ਨਹੀਂ ਨਹੀਂ ਉਹ ਪਿਆਰ ਮੁਹੱਬਤ ਨਾਲ ਵੀ ਰਹਿ ਗਈ ਹੋਵੇ ਨਹੀਂ ਨਹੀਂ ਪਿਆਰ ਮੁਹੱਬਤ ਨਾਲ ਰਹਿ ਗਈ ਮੰਨ ਕੇ ਚਲੋ ਜਿਵੇਂ ਵੀ ਰਹਿ ਵੀ ਜਾਂਦੀ ਹੈ ਤੇ ਵੈਸੇ ਉਹਦੇ ਹੁਣ ਤੁਹਾਨੂੰ ਵੀ ਪਤਾ ਹੁਣ ਕਿਵੇਂ ਕਰਨਾ ਤੁਸੀਂ ਮੈਂ ਤਾਂ ਕੁਝ ਦੱਸ ਨਹੀਂ ਸਕਦਾ ਇਸ ਬਾਰੇ ਹਾਂਜੀ ਆਹ ਮਤਲਬ ਇਹ ਵੀ ਜਿਵੇਂ ਬਜ਼ੁਰਗ ਹੁਣ 40 ਕਿੱਲੇ ਮਿਲੀ ਹੈ 60 ਸੀ ਸਾਨੂੰ ਹਾਂ ਨੂਰਪੁਰ ਸੀ ਹੈ ਹਾਂਜੀ ਕਿਸ ਦੇ ਨਾਂ ਤੁਸੀਂ ਕੀ ਬਾਪੂਰਾਂ ਨੂੰ ਪਤਾ ਬਹਾਦਰ ਸਿੰਘ ਬਹਾਦਰ ਸਿੰਘ ਦਾ ਪਿਤਾ ਜੀ ਦਾ ਨਾਂ ਕੀ ਬਾਪੂ ਦਾ ਨਾਂ ਕੀ ਨਾਂ ਸੀ ਬਾਪੂ ਜੀ ਦਾਦੇ ਤੁਹਾਡੇ ਦਾ ਕੀ ਨਾਂ ਸੀ ਸੰਤ ਸਿੰਘ ਅੱਛਾ ਹਾਂਜੀ ਬਹਾਦਰ ਸਿੰਘ ਬਲਦ ਸੰਤ ਸਿੰਘ ਉਹਦੇ ਉਹਨਾਂ ਦੇ ਸੰਤ ਸਿੰਘ ਕਾਨ ਸਿੰਘ ਹਾਂ ਇਹਨਾਂ ਦੀ ਜ਼ਮੀਨਾਂ ਸੀਗੀਆਂ ਜੀ ਦੇਖੋ ਜੀ ਹਾਂਜੀ ਉਹ 60 ਸੀਗੀ 40 ਸਾਨੂੰ ਮਿਲ ਗਈ ਹੈ 20 ਦੇ ਦਿਓ ਕਿੱਦਾਂ ਦਿਓਗੇ ਉਹ ਦੱਸ ਦਿਓ ਅਸੀਂ ਆਉਣਾ ਆ ਜਾਵਾਂਗੇ ਤੁਸੀਂ ਇੱਥੇ ਅਗਰ ਇੰਡੀਆ 'ਚ ਤੁਹਾਡੇ ਕੁਛ ਹੈ ਤਾਂ ਇੱਥੇ ਕੁਛ ਕਰ ਸਕਦੇ ਹਾਂ ਲੇਕਿਨ ਦੇ ਦਿਓ ਕਿਉਂ ਜੀ ਹਾਂਜੀ ਠੀਕ ਹੈ ਜੀ ਜੇ ਮਿਲ ਸਕਦੀ ਹੈ ਤਾਂ ਜੀ ਜਨਾਬ ਜ਼ਰੂਰ ਮਿਲੇਗੀ ਨਹੀਂ ਤਾਂ ਉਹਨਾਂ ਦਾ ਸੰਦੇਸ਼ ਆ ਜਾਏਗਾ ਕਿ ਨਹੀਂ ਜੀ ਹੈ ਸਾਡੇ ਕੋਲ ਅਸੀਂ ਦਿੰਦੇ ਨਹੀਂ ਅੱਛਾ ਜੀ ਬਾਕੀ ਇੱਕ ਵਾਰੀ ਏਰੀਆ ਦੁਬਾਰਾ ਦੱਸ ਦਿਓ ਨੂਰਪੁਰ ਕਿੱਥੇ ਸੀਗਾ ਹੈ ਤਾਂ ਹੁਣ ਜਿਹੜਾ ਪਾਕਿਸਤਾਨ ਬਣਿਆ ਉੱਥੇ ਹੀ ਸੀਗਾ ਜੀ ਪਹਿਲਾਂ ਤਾਂ ਇੱਕ ਹੀ ਮੁਲਕ ਸੀ ਜਦੋਂ ਬਟਵਾਰਾ ਉਸ ਤੋਂ ਬਾਅਦ ਦੋ ਨਾਂ ਹੋ ਗਏ ਮੁਲਕ ਦੇ ਮੰਨ ਲਓ ਹਿੰਦੁਸਤਾਨ ਅਤੇ ਪਾਕਿਸਤਾਨ ਬਣ ਗਿਆ ਪਹਿਲਾਂ ਤਾਂ ਇੱਕ ਹੀ ਸੀ ਅਤੇ ਪਿੰਡ ਨੂਰਪੁਰਾ ਜ਼ਿਲ੍ਹਾ ਗੁਜਰਾਂਵਾਲਾ ਠੀਕ ਹੈ ਜੀ ਹਾਂਜੀ ਥਾਣਾ ਦੀਦਾਰ ਸਿੰਘ ਬਿਲਕੁਲ ਹੋਰ ਕੋਈ ਜਿਸ ਨੂੰ ਸ਼ਿਕਾਇਤ ਹੋਏ ਅੱਜ 70 ਸਾਲਾਂ ਬਾਅਦ ਰੇਵੜੀ ਸਾਹਿਬ ਤੁਹਾਡੀ ਹਵੇਲੀ ਆਓ ਨਾ ਫਿਰ ਮੰਗ ਲਓ ਆਪਣੀ ਹਵੇਲੀ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਵਿੰਦਰ ਸਿੰਘ ਚਹਿਲ ਸਾਡਾ ਪਿੰਡ ਸੀ ਨੂਰਪੁਰ ਚਹਿਲ ਜ਼ਿਲ੍ਹਾ ਗੁਜਰਾਂਵਾਲਾ ਥਾਣਾ ਦੀਦਾਰ ਸਿੰਘ ਉੱਥੇ ਸਾਡੇ ਦਾਦੇ ਦੀ ਹਵੇਲੀ ਸੀ ਸਰਦਾਰ ਅਨੋਕ ਸਿੰਘ ਸਨੋਪ ਦਲ ਸਿੰਘ ਉਹ ਹਵੇਲੀ ਜਦੋਂ ਸਾਡੇ ਬਜ਼ੁਰਗ ਉੱਥੋਂ ਨਿਕਲੇ ਨੇ ਅਤੇ ਦਾਦੇ ਨੇ ਵੀ ਉਹਨੂੰ ਅੱਗ ਲਾ ਦਿੱਤੀ ਸੀ ਹਵੇਲੀ ਨੂੰ ਜੀ ਹਾਂਜੀ ਹਵੇਲੀ ਨੂੰ ਅੱਗ ਲਾ ਦਿੱਤੀ ਸੀ ਅਤੇ ਉਹਦੀ ਵੀਡੀਓ ਵਿਖਾ ਦਿਓ ਅਤੇ ਜਾਂ ਵਾਪਸ ਦੇ ਸਕਦੇ ਹੋ ਅਤੇ ਉਹ ਦੇ ਦਿਓ ਉਹ ਹਵੇਲੀ ਨਾਲ ਇੱਕ ਇੰਟਰਸਟਿੰਗ ਗੱਲ ਵੀ ਬੜੀ ਹੈ ਮੈਂ ਦੱਸਣਾ ਦੱਸੋ ਇਹ ਬਾਪੂ ਸਰੈਨ ਸਿੰਘ ਦਾ ਜਿੰਨਾ ਇੰਟਰਵਿਊ ਲਿਆ ਨਾ ਇੰਨਾ ਮੈਨੂੰ ਦੱਸੀ ਮੇਰੇ ਪੜਦਾਦਾ ਸਰਦਾਰ ਅਨੋਕ ਸਿੰਘ ਦਾ ਵਿਆਹ ਹੋ ਗਿਆ ਅੱਛਾ ਅਤੇ ਉਹਨਾਂ ਦੀ ਜਿਹੜੀ ਘਰ ਦੀ ਆਈ ਥੋੜ੍ਹੀ ਮਧਰੀ ਆਈ ਅਤੇ ਮੇਰਾ ਪੜਦਾਦਾ ਇਕੱਲਾ ਹੀ ਭਰਾ ਸੀ ਅਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਲ ਸਿੰਘ ਉਹਨਾਂ ਦੀ ਜ਼ਮੀਨ ਬੜੀ ਸੀ ਉਹ ਆਉਂਦੇ ਨੇ ਵੀ ਨੂੰਹ ਥੋੜ੍ਹੀ ਨਾ ਸਮੁੰਦਰ ਆਈ ਹੈ ਮੁੰਡੇ ਦਾ ਹੋਰ ਵਿਆਹ ਕਰਨਾ ਅੱਛਾ ਅਤੇ ਜਿਹੜਾ ਮੇਰੇ ਪੜਦਾਦੇ ਦਾ ਸਹੁਰਾ ਸੀ ਉਹ ਕਹਿੰਦਾ ਵੀ ਤੁਹਾਡੇ ਘਰ ਕੱਚੇ ਹੈ ਉਦੋਂ ਘਰ ਕੱਚੇ ਹੁੰਦੇ ਹਨ ਅਤੇ ਉਹ ਕਹਿੰਦਾ ਵੀ ਘਰ ਕੱਚੇ ਘਰ ਤਾਂ ਪੱਕੇ ਪਾਓ ਫਿਰ ਮੇਰੇ ਪੜਦਾਦੇ ਰਾਂ ਹਵੇਲੀ ਬਣਾਈ ਪਰ ਜਿੰਨੀ ਦੇਰ ਨੂੰ ਹਵੇਲੀ ਬਣੀ ਉਨੀ ਦੇਰ ਨੂੰ ਮੇਰੇ ਦਾਦੇ ਦੀ 4-5 ਭਰਾ ਹੋ ਗਏ ਅੱਛਾ ਫਿਰ ਵਿਆਹ ਕਿੱਥੋਂ ਆਉਣਾ ਸੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਕਹਾਣੀ ਹੈ ਅਤੇ ਜੇ ਆਪਣਾ ਹਵੇਲੀ ਵਿਖਾ ਸਕੋ ਤਾਂ ਵਿਖਾ ਦਿਆ ਨੂਰਪੁਰ ਚਹਿਲ ਮੈਂ ਵਟਸਐਪ 'ਤੇ ਨੰਬਰ ਵੀ ਪਾਇਆ ਕਈ ਵੀਡੀਓ 'ਤੇ ਉਹਦੇ 'ਤੇ ਕਨੈਕਟ ਕਰ ਸਕ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਕੇਸ਼ਵ ਸਾਹਿਬ ਜੀ ਦਾ ਵੀ ਥੈਂਕ ਯੂ ਮੈਂ ਇਹਨਾਂ ਨੂੰ ਬੜੀ ਵਾਰੀ ਇਨਵਾਈਟ ਕਰਨਾ 6 ਮਹੀਨਿਆਂ ਬਾਅਦ ਅੱਜ ਇਹ ਆਏ ਆ ਮਸਾਂ ਦਰਸ਼ਨ ਦਿੱਤੇ ਆ ਬਾਕੀ ਥੈਂਕ ਯੂ ਇਹਨਾਂ ਦਾ